ਸਾਰਿਆਂ ਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਸੀਂ ਆਪਣੇ ਪੰਜਾਬ ਪੁਲਿਸ ਦੇ 3 ਕਾਬਿਲ ਮੁਲਾਜ਼ਮਾਂ ਨੂੰ ਖੋ ਦਿੱਤਾ ਹੈ। ASI ਹਰਦੇਵ ਸਿੰਘ, ਲੇਡੀ ਕਾਂਸਟੇਬਲ ਸ਼ਾਲੂ ਰਾਣਾ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਖੜ ਕੇ 2 ਮਿੰਟ ਦਾ ਮੌਨ ਰੱਖਣਗੇ। ਸਾਰਿਆਂ ਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਸੀਂ ਆਪਣੇ ਪੰਜਾਬ ਪੁਲਿਸ ਦੇ 3 ਕਾਬਿਲ ਮੁਲਾਜ਼ਮਾਂ ਨੂੰ ਖੋ ਦਿੱਤਾ ਹੈ। ASI ਹਰਦੇਵ ਸਿੰਘ, ਲੇਡੀ ਕਾਂਸਟੇਬਲ ਸ਼ਾਲੂ ਰਾਣਾ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਖੜ੍ਹ ਕੇ 2 ਮਿੰਟ ਦਾ ਮੌਨ ਰੱਖਣਗੇ।